ਜਿਵੇਂ ਲੜਕੀ ਚੱਲ ਰਹੀ ਹੈ ਉਵੇਂ ਆਪਾਂ ਵੀ ਹੌਲੀ ਹੌਲੀ ਚੱਲ ਕੇ ਆਓ ਪਾਈ ਚਾਰਟ ਸਮਝੀਏ। ਚਾਰ ਦਾ ਪਾਈ ਚਾਰਟ ਟੌਪਿਕ ਦੀ ਐਕਸਰਸਾਈਜ਼ 4.3 ਕਰਨੀ। ਆਪਾਂ ਪਹਿਲਾਂ ਵੀ 4.3 ਨਹੀਂ ਕਰਦੇ ਪਏ ਹਾਂ, ਉਹਦੇ 'ਚ ਆਪਾਂ ਪਾਈ ਚਾਰਟ ਬਣਿਆ ਦਿੱਤਾ ਸੀ, ਆਪਾਂ ਉਹਦੇ 'ਚ ਪ੍ਰਸ਼ਨਾਂ ਦੇ ਉੱਤਰ ਦਿੰਦੇ ਸੀ। ਹੁਣ ਆਪਾਂ ਅੱਜ ਪਾਈ ਚਾਰਟ ਆਪ ਬਣਾਉਣਾ ਸਿੱਖਣਾ। ਉਹਦੇ ਲਈ ਆਪਾਂ ਨੂੰ ਸਿਰਫ ਇੱਕ ਡਾਟਾ ਦਿੱਤਾ, ਅੰਕੜੇ ਦਿੱਤੇ ਹੈ ਟੇਬਲ ਦੇ ਵਿੱਚ। ਆਪਾਂ ਇਹਨਾਂ ਪਾਈ ਚਾਰਟ ਬਣਾਉਣਾ ਕਿਵੇਂ? ਪਹਿਲਾਂ ਆਪਾਂ ਕਿਸੇ ਵੀ ਪਾਈ ਚਾਰਟ ਨੂੰ ਬਣਾਉਣ ਲਈ, ਜੇ ਪਾਈ ਚਾਰਟ ਕਿਵੇਂ ਬਣਦਾ, ਚੱਕਰ ਦੇ ਰੂਪ 'ਚ ਬਣਦਾ। ਜੇ ਪਾਈ ਚਾਰਟ ਚੱਕਰ ਦੇ ਰੂਪ 'ਚ ਬਣਾਉਣਾ, ਉਹਦੇ ਲਈ ਆਪਾਂ ਨੂੰ ਕੋਣ ਚਾਹੀਦੇ ਕਿ ਕਿੰਨੇ ਕੋਣ ਇੱਧਰ ਆਇਆ, ਕਿੰਨੇ ਕੋਣ ਇੱਧਰ ਆਇਆ, ਕੋਣ ਚਾਹੀਦੇ ਆ। ਤਾਂ ਕੋਣ ਆਪਾਂ ਇਸ ਟੇਬਲ ਤੋਂ ਕੱਢਾਂਗੇ। ਹਾਂਜੀ, ਪਾਈ ਚਾਰਟ ਲਈ ਸਭ ਤੋਂ ਪਹਿਲਾਂ ਆਪਾਂ ਟੇਬਲ 'ਚ ਕਰਨਾ ਕੀ ਹੈ, ਆ ਤੁਹਾਨੂੰ ਉਹਨਾਂ ਨੇ ਕਿਸੇ ਵੀ ਚੀਜ਼ ਦਾ ਦੱਸਿਆ ਕਿ ਮੰਨ ਲਓ ਇੱਕ ਕਲਾਸ ਦੇ ਵਿੱਚ 36 ਬੱਚੇ ਹੈ, ਉਹਦੇ 'ਚੋਂ ਕਿੰਨੇ ਬੱਚਿਆਂ ਨੂੰ ਨੀਲਾ ਬਲੂ ਰੰਗ ਪਸੰਦ ਹੈ, 9, 18 ਬੱਚਿਆਂ ਨੂੰ ਹਰਾ ਗ੍ਰੀਨ ਰੰਗ ਪਸੰਦ ਹੈ, 6 ਬੱਚਿਆਂ ਨੂੰ ਲਾਲ ਰੈੱਡ ਰੰਗ ਪਸੰਦ ਹੈ ਅਤੇ 3 ਬੱਚਿਆਂ ਨੂੰ ਯੈਲੋ ਪੀਲਾ ਰੰਗ ਪਸੰਦ ਹੈ। ਉਹਨਾਂ ਨੇ ਟੋਟਲ ਵੀ ਆਪ ਹੀ ਦਿੱਤਾ ਹੋਇਆ ਟੇਬਲ 'ਚ 36। ਜੇ ਨਹੀਂ ਦਿੱਤਾ ਤੇ ਆਪਾਂ ਇਹਦਾ ਕਰਨਾ, ਜੇ ਦਿੱਤਾ ਹੋਇਆ ਹੋਊਗਾ ਤਾਂ ਵਧੀਆ, ਨਹੀਂ ਦਿੱਤਾ ਤੇ ਆਪਾਂ ਨੂੰ ਕਰਨਾ ਪੈਣਾ ਕਿਉਂਕਿ ਅੱਗੇ ਆਪਾਂ ਨੂੰ ਜ਼ਰੂਰਤ ਪਊਗੀ। ਠੀਕ ਹੈ, ਹੁਣ ਆਪਾਂ ਇਕੱਲੀ ਇਕੱਲੀ ਰਕਮ ਦੇ ਕੋਣ ਕੱਢਣੇ ਹੈ। ਜਿਵੇਂ ਕਿਹਾ ਜਦੋਂ ਆਪਾਂ ਪਾਈ ਚਾਰਟ ਬਣਾਉਣਾ, ਟੇਬਲ ਕਰਨਾ, ਉਹਦੇ 'ਚ ਭਾਗ ਇਸ ਨਾਲ ਕਰਨੀ ਹੈ ਕੁੱਲ ਨਾਲ। ਕਿਉਂ ਕੁੱਲ ਨਾਲ? ਜਿਹੜੇ ਆਪਾਂ ਨੂੰ ਪ੍ਰਸ਼ਨ ਦਿੱਤੇ ਹੁੰਦੇ ਸੀ ਉਹਦੇ 'ਚ ਆਪਾਂ ਨੂੰ ਕੀ ਦਿੱਤਾ ਹੁੰਦਾ ਸੀ, ਆਪਾਂ ਕੋਣ ਲੈਂਦੇ ਸੀ, ਤਾਂ ਕੋਨਾ ਦਾ ਟੋਟਲ ਕਿੰਨਾ ਹੁੰਦਾ ਸੀ, 360°। ਹੁਣ ਇੱਥੇ ਆਪਾਂ ਨੂੰ ਕੋਣ ਦਿੱਤੇ ਆ, ਹਾਂ ਕੋਣ ਦਿੱਤੇ ਆ, ਨਹੀਂ ਇੱਥੇ ਗਿਣਤੀ ਦਿੱਤੀ ਹੈ ਨਾ, ਤਾਂ ਪਰ ਗਿਣਤੀ ਦਾ ਟੋਟਲ ਕਿੰਨਾ ਦਿੱਤਾ ਉਹਨਾਂ ਨੇ, 36। ਤਾਂ ਇਸ ਨਾਲ ਇੱਥੇ ਆਪਾਂ ਥੱਲੇ ਕੀ ਲਵਾਂਗੇ, 36। ਹੁਣ ਇੱਥੇ ਗੁਣਾ 360 ਨਾਲ ਕਰਨੀ। ਹਰ ਰਕਮ ਨੂੰ ਇਸ ਟੋਟਲ ਨਾਲ ਭਾਗ ਕਰਨਾ ਤੇ ਗੁਣਾ 360 ਨਾਲ, 6/36 ਗੁਣਾ 360°, 3/36 ਗੁਣਾ 360°। ਜਦੋਂ ਆਪਾਂ ਕੁਐਸਚਨ ਕੀਤੇ ਸੀ ਉਹਦੇ 'ਚ ਆਪਾਂ ਨੂੰ ਏਦਾਂ ਦਾ ਪਾਈ ਚਾਰਟ ਦਿੱਤਾ ਹੁੰਦਾ ਸੀ, ਉਹਦੇ 'ਚ ਆਪਾਂ ਕਿਉਂਕਿ ਕੋਣ ਵਰਤਦੇ ਸੀ ਤੇ ਕੋਨਾ ਦਾ ਟੋਟਲ 360 ਹੁੰਦਾ ਸੀ, ਇਸ ਕਰਕੇ ਉੱਥੇ ਆਪਾਂ ਥੱਲੇ ਕੀ ਲਿਖਦੇ ਸੀ, 360, ਤੇ ਗੁਣਾ ਕੀ ਕਰਦੇ ਸੀ, ਜਿੰਨਾ ਉਹਨਾਂ ਨੇ ਟੋਟਲ ਦਿੱਤਾ ਹੁੰਦਾ ਸੀ। ਇਹਦੇ 'ਚ ਜਦੋਂ ਆਪਾਂ ਪਾਈ ਚਾਰਟ ਬਣਾਉਣਾ ਉਹਦੇ 'ਚ ਆਪਾਂ ਨੂੰ ਕੋਣ ਨਹੀਂ ਦਿੱਤੇ, ਕੀ ਦਿੱਤੇ ਆ, ਨੰਬਰ, ਤੇ ਨੰਬਰਾਂ ਦਾ ਟੋਟਲ ਉਹਨਾਂ ਨੇ ਜੇ ਤਾਂ ਦਿੱਤਾ ਹੋਇਆ ਠੀਕ ਹੈ, ਨਹੀਂ ਦਿੱਤਾ ਤੇ ਆਪਾਂ ਆਪ ਕਰਨਾ ਤੇ ਉਹਦੇ ਨਾਲ ਹੀ ਥੱਲੇ ਭਾਗ ਕਰਨੀ, ਉਹੀ ਨੰਬਰ ਥੱਲੇ ਲਿਖਣਾ ਹੈ ਤੇ ਇੱਥੇ ਗੁਣਾ ਕਿੰਨੇ ਨਾਲ ਕਰਨੀ ਹੈ, 360। ਇਹ 360 ਕਿਸੇ ਨੇ ਦੱਸਣਾ ਨਹੀਂ, ਆਪਾਂ ਆਪ ਲਿਖਣਾ। ਹੁਣ ਉਵੇਂ ਜਿਵੇਂ ਆਪਾਂ ਪਹਿਲਾਂ ਕੀਤਾ ਸੀ, ਇਹਨੂੰ ਕੱਢਣਾ ਸਿੱਖਣਾ, ਪਹਿਲੀ ਵਾਰ ਮਿਹਨਤ ਲੱਗੂਗੀ, ਬਾਕੀ ਦਾ ਆਪਾਂ ਨੂੰ ਹਿਸਾਬ ਪਤਾ ਲੱਗ ਜਾਂਦਾ। ਹੁਣ ਦੇਖੋ ਜਿਵੇਂ 5, 10 ਜਾਂ 50 ਹੁੰਦਾ, ਉਵੇਂ 36, 10 ਜਾਂ 360, ਮਗਰ 0 ਹੀ ਲਾਈਦੀ ਹੈ, ਤਾਂ 36 × 36, 36, 10 ਜਾਂ 360। ਇਹ ਮੂੰਹ ਜਵਾਨੀ ਮੈਨੂੰ ਯਾਦ ਸੀ, ਹੁਣ ਸਾਰਿਆਂ ਤੇ ਮੈਂ ਸਿੱਧਾ ਹੀ ਬਸ ਐਂ ਕੱਟੀ ਜਾਊਂਗੀ। ਠੀਕ ਹੈ,
ਅੱਗੇ ਵੀ ਆਪਾਂ ਦੇਖਿਆ ਸਿਰਫ ਪਹਿਲੀ ਵਾਰ ਤੇ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ, ਫਿਰ ਆਪਾਂ ਨੂੰ ਇੱਕ ਪਤਾ ਚੱਲ ਜਾਂਦੀ ਹੈ ਰਕਮ ਤਾਂ ਆਪਾਂ ਸਿੱਧਾ ਹੀ ਕੱਟ ਦੇ ਜਾਂਦੇ ਹਾਂ। ਇਸੇ ਕਰਕੇ ਜਦੋਂ ਵੀ ਪਾਈ ਚਾਰਟ ਦਾ ਸਵਾਲ ਆ ਗਿਆ ਪਹਿਲਾਂ ਇਹਨੂੰ ਕਰਨਾ ਸਿੱਖਣਾ, ਇਹਨੂੰ ਨੀ ਕਰਨਾ ਕਿਉਂਕਿ ਉੱਪਰ ਵਾਲੀ ਰਕਮ ਹਰ ਚ ਫਰਕ ਹੋਣੀ ਹੈ, ਫਿਰ ਹਰ ਵਾਰ ਮਿਹਨਤ ਲੱਗੂਗੀ। ਇਸ ਕਰਕੇ ਆਪਾਂ ਐਂ ਕਰਨਾ, ਆ ਕੱਟੇਗਾ ਥੱਲੇ ਰਕਮ ਖਤਮ ਹੋ ਗਈ, ਤਾਂ ਹੁਣ ਨੌ ਨੂੰ ਕਿੰਨਾ ਗੁਣਾ ਕਰਨਾ ਹੈ, ਕਿੰਨਾ ਆਊਗਾ ਜਵਾਬ, ਨੱਬੇ। ਇਹ ਕੌਣ ਹੈ, ਨੱਬੇ ਡਿਗਰੀ। ਹੈਡਿੰਗ ਵੀ ਕੇਂਦਰੀ ਕੋਣ ਸੈਂਟਰਲ ਐਂਗਲ, ਕਿਉਂ ਇਹਦਾ ਨਾਮ ਕੇਂਦਰੀ ਕੋਣ ਸੈਂਟਰਲ ਐਂਗਲ ਆ ਮੈਂ ਦੱਸੂਗੀ ਅੱਗੇ। ਇੱਥੇ ਕਿੰਨਾ ਜਵਾਬ ਆ, 180 ਡਿਗਰੀ, ਇੱਥੇ 160, ਇਕੱਲਾ 60 ਡਿਗਰੀ, ਇੱਥੇ ਹੀ ਆ ਕੋਣ ਕੱਢ ਲੇ ਤਾਂ ਇਹ ਆਪਣਾ ਟੇਬਲ ਬਣ ਗਿਆ 3 ਨੰਬਰ ਦਾ ਟੇਬਲ। ਕਿਸੇ ਨੂੰ ਕੋਈ ਪ੍ਰੋਬਲਮ, 90 ਡਿਗਰੀ, 36 ਦੇ ਬੜੇ ਦਿਆ ਕੱਟਿਆ ਤੇ ਕਿੰਨਾ ਆ ਗਿਆ 10, 10 ਨੂੰ 9 ਨਾਲ ਕੀ ਕਰਨਾ, ਗੁਣਾ ਗੁਣਾ, ਕਿਉਂਕਿ ਵਿੱਚ ਗੁਣਾ ਦਾ ਨਿਸ਼ਾਨ ਪਾਇਆ ਤੇ 9, 10 ਜਾਂ 90। ਸਮਝ ਲੱਗ ਗਈ, ਹੁਣ ਆਪਾਂ ਆ ਬਣਾਉਣਾ ਪਾਈ ਚਾਰਟ, ਕਿਵੇਂ ਬਣਾਉਣਾ ਦੇਖ। ਪਾਈ ਚਾਰਟ ਬਣਾਉਣ ਲਈ ਇੱਕ ਤਾਂ ਤੁਹਾਨੂੰ ਡੀ ਜ਼ਰੂਰੀ ਚਾਹੀਦੀ ਹੈ, ਹੁਣ ਦੂਜੀ ਗੱਲ ਇੱਕ ਚੀਜ਼ ਤੁਹਾਨੂੰ ਚਾਹੀਦੀ, ਜਾਂ ਤਾਂ ਹੱਥ 'ਚ ਕੜਾ ਹੋਵੇ ਤੇ ਜਾਂ ਪ੍ਰਕਾਰ ਹੋਵੇ, ਕਿਉਂ ਕਿਉਂਕਿ ਆਪਾਂ ਗੋਲ ਚੱਕਰ ਬਣਾਉਣਾ। ਇਹਨੂੰ ਤੁਸੀਂ ਜਿਵੇਂ ਮੈਂ ਫ੍ਰੀ ਹੈਂਡ ਹੱਥ ਨਾਲ ਬਣਾ ਤਾ ਐਵੇਂ ਨਹੀਂ ਬਣਾਉਣਾ, ਕਿਉਂਕਿ ਆ ਦੇਖੋ ਗੋਲ ਚੱਕਰ ਮੇਰਾ ਟੇਢਾ ਮੇਢਾ ਜਿਹਾ ਨਾ, ਇਹ ਗਲਤ ਹੈ। ਜਾਂ ਤਾਂ ਜੇ ਤੁਹਾਡੇ ਹੱਥ 'ਚ ਕੜਾ ਉੱਤਰ ਦਿਆ ਤਾਂ ਉਹਦੇ ਨਾਲ ਬਣਾਉਣਾ, ਜਾਂ ਪ੍ਰਕਾਰ ਨਾਲ ਚੱਕਰ ਬਣਾਉਣ ਆਉਂਦਾ ਹੀ ਹੈ। ਪੈਨਸਿਲ ਪਾਓ, ਜਿੰਨੀ ਮਰਜ਼ੀ ਪ੍ਰਕਾਰ ਖੋਲੋ ਤੇ ਖਿੱਚ ਦੋ, ਆਉਂਦਾ ਨਾ ਉਵੇਂ ਬਣਾ ਲਓ। ਹੁਣ ਜਿੱਥੇ ਆਪਾਂ ਪ੍ਰਕਾਰ ਰੱਖਦੇ ਹਾਂ ਹਨਾ, ਜਾਂ ਜੇ ਤੁਸੀਂ ਕੜੇ ਨਾਲ ਬਣਾਇਆ ਤੇ ਚੱਕਰ ਦਾ ਵਿਚਾਰ ਲੜਾ ਕੱਢ ਲਓ। ਇਸ ਕਰਕੇ ਮੈਂ ਕਹਿੰਦੀ ਹਾਂ ਪ੍ਰਕਾਰ ਨਾਲ ਬਣਾਓਗੇ ਸੌਖੇ ਰਹੋਗੇ, ਕਿਉਂਕਿ ਫਿਰ ਪ੍ਰਕਾਰ ਦਾ ਤਿੱਖਾ ਪਾਸਾ ਜਿੱਥੇ ਰੱਖਦੇ ਹਾਂ ਉਹ ਚੱਕਰ ਦਾ ਕੀ ਹੁੰਦਾ ਹੈ, ਕੇਂਦਰ ਵਿਚਾਲੜਾ ਬਿੰਦੂ ਹੁੰਦਾ ਪੂਰੇ ਚੱਕਰ, ਠੀਕ ਹੈ। ਤਾਂ ਉੱਥੇ ਡੀ ਰੱਖੀ ਦੀ ਹੈ, ਆ ਹੁਣ ਮੈਂ ਲੈ ਲਈ ਡੀ, ਡੀ ਦੀ ਆ 90 ਡਿਗਰੀ ਵਾਲੀ ਲਾਈਨ ਦੇਖੀ ਹੈ, ਜਿੱਥੇ 90 ਡਿਗਰੀ ਦੀ ਆ ਡੀ ਹੈ, ਡੀ ਦੀ ਆ 90 ਡਿਗਰੀ ਦੀ ਤੇ ਐਵੇਂ ਲਾਈਨ ਹੁੰਦੀ ਹੈ ਨਾ, ਉਹਨੂੰ ਇੱਥੇ ਰੱਖਣਾ। ਜਾਂ ਤੁਸੀਂ ਇੰਨਾ ਕਿ ਇੱਕ ਵਾਰ ਐ ਨਾ ਟੁੱਟੀ ਦੀ ਲਾਈਨ ਬਣਾ ਲਓ, ਪਤਾ ਚੱਲ ਜੂਗਾ ਕਿ ਇਹ 180 ਅੱਧੀ ਡੀ ਹੈ ਤਾਂ 180 ਡਿਗਰੀ ਦੀ ਲਾਈਨ ਹੋ ਜੂਗੀ, ਹਾਂਜੀ ਠੀਕ ਹੈ। ਹੁਣ ਜਿਹੜੇ ਆਪਾਂ ਕੋਨ ਬਣਾਉਣੇ ਆ ਸਾਰੇ ਇੱਥੋਂ ਹੀ ਬਣਾਉਣੇ ਆ, ਇਹ ਕੇ ਚੱਕਰ ਦਾ ਵਿਚਾਲੜਾ ਨਾ, ਤਾਂ ਇਹਨੂੰ ਕੇਂਦਰ ਕਹਿੰਦੇ ਆ, ਇਸ ਕਰਕੇ ਇਹਨੂੰ ਕੇਂਦਰੀ ਕੋਨ ਸੈਂਟਰਲ ਐਂਗਲ ਕਹਿੰਦੇ ਆ, ਕਿਉਂਕਿ ਜਿਹੜੇ ਆ ਸਾਰੇ ਕੋਨ ਆਪਾਂ ਇੱਥੇ ਹੀ ਬਣਾਵਾਂਗੇ, ਠੀਕ ਹੈ। ਹੁਣ ਪਹਿਲਾ ਕੋਣ ਕਿੰਨਾ ਹੈ, 90, ਆ ਡੀ ਨੂੰ ਇੱਥੇ ਰੱਖਿਆ 90 ਡਿਗਰੀ ਦੀ ਲਾਈਨ, 90 ਆ ਰਿਹਾ ਤੇ ਮੈਂ ਇਸ ਨੂੰ ਸਕੇਲ ਨਾਲ ਬਿਲਕੁਲ 90 ਦੀ ਸਿੱਧੀ ਲਾਈਨ ਮਾਰ ਦੋ, ਆ ਬਣ ਗਿਆ ਮੇਰਾ 90, ਠੀਕ ਹੈ। ਦੂਜਾ ਕੋਣ ਕਿੰਨਾ ਹੈ, ਹੁਣ ਡੀ ਨੂੰ ਆਪਾਂ ਐਵੇਂ ਕਰਨਾ, ਹੁਣ ਐਵੇਂ ਕਰ ਦੇਣਾ, ਇੱਥੋਂ 180 ਦੇਖਿਆ, ਜਾਂ ਫਿਰ ਜੇ ਤੁਸੀਂ ਤੁਹਾਨੂੰ ਭੁਲੇਖਾ ਪਾਉਂਦਾ ਤਾਂ ਇੱਥੇ ਹੀ ਰੱਖੀ ਰੱਖੋ, ਆ 90 ਹੈ ਤੇ ਆਪਾਂ ਹੁਣ ਕਿੰਨੇ ਦੇਖਣਾ, 180 ਤਾਂ 5-5 ਕਰਕੇ ਦੇਖੋ, 10, 20, 30, 40, 50, 60, 70, 80, 90, ਇੱਥੋਂ ਤੱਕ ਤਾਂ 90 ਹੋ ਗਏ, ਤਾਂ ਫਿਰ 90 ਹੋਰ ਚਾਹੀਦਾ, ਉਹ ਉਲਟ ਕਰ ਲਓ, ਆ ਰਿਹਾ 90
ਤੇ ਯਾਨੀ ਕਿ ਆਹ ਪੂਰਾ 180 ਡਿਗਰੀ ਦਾ ਕੋਲ ਹੋ ਸਮਝ ਲੱਗ ਗਈ। ਡੀ ਨੂੰ ਘੁਮਾਈ ਜਾਣਾ ਹੁਣ ਉਸ ਤੋਂ ਬਾਅਦ ਕਿੰਨੇ ਦਾ 60 ਦਾ 60 ਲਈ ਕੋਣ ਆ ਪੁੱਠੀ ਕੀਤੀ ਹੁਣ ਇੱਥੋਂ ਜਿੱਥੋਂ ਲਾਈਨ ਵੱਜੀ ਉੱਥੋਂ ਕਿੰਨੇ ਗਿੰਨੇ ਆ 60 60 ਗਿਣੀ ਹੈ 10 20 30 40 50 60 ਯਾਨੀ ਕਿ ਆਪਣੇ ਆ ਗਿਆ ਇੱਥੇ ਆ ਗਿਆ 60 ਚੌਥਾ ਕਿੰਨਾ ਤੀਹ ਅਖੀਰਲਾ ਤੇ ਅਖੀਰਲਾ ਜਿਹੜਾ ਬਚੂਗਾ ਓਨਾ ਹੀ ਹੋਊਗਾ 30 ਦਿਖਾਏ ਪਹਿਲਾ ਕੋਨ ਬਣਾ ਕੇ ਫਿਰ ਡੀ ਨੂੰ ਘੁਮਾਈ ਜਾਣਾ ਗਿਣੀ ਜਾਣਾ ਡੀ ਤੇ 10 20 30 40 50 60 70 ਜਿੰਨੇ ਜਿੰਨੇ ਕੋਨ ਹੈ ਇਹ ਬਣ ਗਿਆ ਟੇਬਲ ਇਹ ਪਾਈ ਚਾਰਟ ਕਿਸੇ ਨੂੰ ਕੋਈ ਪ੍ਰੋਬਲਮ